ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬਾਈਕ ਤੇ ਜਾ ਰਿਹਾ ਸੀ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇਹਨੀ ਜ਼ਬਰਦਸਤ ਹੋਈ ਕਿ ਇਹ ਵਿਅਕਤੀ ਬਾਈਕ ਤੋਂ ਹੇਠਾਂ ਡਿੱਗ ਗਿਆ ਅਤੇ ਸਿਰ 'ਚ ਸੱਟ ਲੱਗਣ ਦੇ ਕਾਰਨ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਉਧਰ ਪਰਿਵਾਰ ਵੀ ਸੋਗ ਵਿੱਚ ਡੁੱਬਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੰਮ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਜਿਸ ਦੌਰਾਨ ਰਾਤ ਵਿੱਚ ਇਹ ਹਾਦਸਾ ਵਾਪਰ ਗਿਆ ਉਧਰ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਇਸ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਦੱਸੀ ਜਾ ਰਹੀ ਹੈ ਜੋ ਕਿ ਗੁਰਦਾਸਪੁਰ ਦੇ ਹੀ ਪ੍ਰੇਮ ਨਗਰ ਦਾ ਰਹਿਣ ਵਾਲਾ ਸੀ ਫਿਲਹਾਲ ਕਿਸ ਵਾਹਨ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਇੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਢਾਲੀਵਾਲ ਸ਼ਹਿਰ ਤੋਂ ਆ ਰਹੇ ਸੀ ਤੇ ਅੱਗੇ ਪਤਾ ਲੱਗਾ ਵੀ ਅਣਪਛਾਤੇ ਦੀ ਗੱਡੀ ਹੈ ਜਿਹੜੀ ਉਹ ਇਹਨੂੰ ਸ਼ੈਡ ਮਾਰ ਕੇ ਚਲ ਗਈ ਆ ਪਤਾ ਨਹੀਂ ਲੱਗਾ ਮੌਕੇ ਤੇ ਅਸੀਂ ਪਹੁੰਚ ਗਏ 5 ਮਿੰਟਾਂ ਤੱਕ ਹੀ ਕੀ ਨਾਂ ਕੀ ਇਹਦਾ ਇਹਦਾ ਨਾਂ ਦੱਸੋ ਇਹਦਾ ਨਾਂ ਅਮਿਤ ਕੁਮਾਰ ਅਮਿਤ ਕੁਮਾਰ ਪੁੱਤਰ ਸ਼ੋਨ ਲਾਲ ਹਾਊਸ ਨੰਬਰ 200 ਆਪਣੇ ਨੰਬਰ ਮੁਹੱਲਾ ਪ੍ਰੇਮ ਨਗਰ ਗੁਰਦਾਸਪੁਰ ਦਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਕਾਰਵਾਈ ਇਹ ਆ ਵੀ ਆਪਾਂ ਧਾਲੀਵਾਲ ਥਾਣੇ ਨੂੰ ਸੂਚਿਤ ਕਰਤਾ ਵਾ ਉੱਥੋਂ ਆਈ ਓ ਆ ਰਿਹਾ ਵਾ ਅੱਗੇ ਉਹ ਕਾਰਵਾਈ ਧਾਲੀਵਾਲ ਥਾਣਾ ਜਾ ਕਾਰਵਾਈ ਕਰੂਗਾ ਤੁਹਾਡਾ ਕੀ ਨਾਮ ਆ ਮੇਰਾ ਨਾਮ ਐਸ ਆਈ ਸੁਖਦੇਵ ਸਿੰਘ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬਾਈਕ ਤੇ ਜਾ ਰਿਹਾ ਸੀ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਇਹਨੀ ਜ਼ਬਰਦਸਤ ਹੋਈ ਕਿ ਇਹ ਵਿਅਕਤੀ ਬਾਈਕ ਤੋਂ ਹੇਠਾਂ ਡਿੱਗ ਗਿਆ ਅਤੇ ਸਿਰ 'ਚ ਸੱਟ ਲੱਗਣ ਦੇ ਕਾਰਨ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਉਧਰ ਪਰਿਵਾਰ ਵੀ ਸੋਗ ਵਿੱਚ ਡੁੱਬਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੰਮ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਜਿਸ ਦੌਰਾਨ ਰਾਤ ਵਿੱਚ ਇਹ ਹਾਦਸਾ ਵਾਪਰ ਗਿਆ ਉਧਰ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਇਸ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਦੱਸੀ ਜਾ ਰਹੀ ਹੈ ਜੋ ਕਿ ਗੁਰਦਾਸਪੁਰ ਦੇ ਹੀ ਪ੍ਰੇਮ ਨਗਰ ਦਾ ਰਹਿਣ ਵਾਲਾ ਸੀ ਫਿਲਹਾਲ ਕਿਸ ਵਾਹਨ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਹੈ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਇੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਢਾਲੀਵਾਲ ਸ਼ਹਿਰ ਤੋਂ ਆ ਰਹੇ ਸੀ ਤੇ ਅੱਗੇ ਪਤਾ ਲੱਗਾ ਵੀ ਅਣਪਛਾਤੇ ਦੀ ਗੱਡੀ ਹੈ ਜਿਹੜੀ ਉਹ ਇਹਨੂੰ ਸ਼ੈਡ ਮਾਰ ਕੇ ਚਲ ਗਈ ਆ ਪਤਾ ਨਹੀਂ ਲੱਗਾ ਮੌਕੇ ਤੇ ਅਸੀਂ ਪਹੁੰਚ ਗਏ 5 ਮਿੰਟਾਂ ਤੱਕ ਹੀ ਕੀ ਨਾਂ ਕੀ ਇਹਦਾ ਇਹਦਾ ਨਾਂ ਦੱਸੋ ਇਹਦਾ ਨਾਂ ਅਮਿਤ ਕੁਮਾਰ ਅਮਿਤ ਕੁਮਾਰ ਪੁੱਤਰ ਸ਼ੋਨ ਲਾਲ ਹਾਊਸ ਨੰਬਰ 200 ਆਪਣੇ ਨੰਬਰ ਮੁਹੱਲਾ ਪ੍ਰੇਮ ਨਗਰ ਗੁਰਦਾਸਪੁਰ ਦਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਕਾਰਵਾਈ ਇਹ ਆ ਵੀ ਆਪਾਂ ਧਾਲੀਵਾਲ ਥਾਣੇ ਨੂੰ ਸੂਚਿਤ ਕਰਤਾ ਵਾ ਉੱਥੋਂ ਆਈ ਓ ਆ ਰਿਹਾ ਵਾ ਅੱਗੇ ਉਹ ਕਾਰਵਾਈ ਧਾਲੀਵਾਲ ਥਾਣਾ ਜਾ ਕਾਰਵਾਈ ਕਰੂਗਾ ਤੁਹਾਡਾ ਕੀ ਨਾਮ ਆ ਮੇਰਾ ਨਾਂ ਐਸ ਆਈ ਸੁਖਦੇਵ ਸਿੰਘ